ਇਹ ਪੰਜਾਬ ਦੇ ਹਾਲਾਤ ਹੋ ਨੇ ਮਤਲਬ ਕਿ ਹੱਡੀਆਂ ਛੱਡੀਆਂ ਨੇ ਬਾਕੀ ਸਭ ਕੁਝ ਚੁਰੰਡ ਲਿਆ ਗਿਆ ਜੀ ਘੱਟੋ ਘੱਟ ਦੇ ਲਾ ਕੇ ਚੱਲੋ ਉਹ 500 ਤੋਂ 80 ਕਰੋੜ ਰੁਪਇਆ ਜਿਹੜਾ ਪਿੰਡਾਂ ਦਾ ਹੜੱਪ ਲਿਆ ਗਿਆ ਪੰਨੂ ਸਾਹਿਬ ਜਿਹੜੇ ਮਰਜੀ ਪਾਸੇ ਵੇਖ ਲਓ ਸਮੱਸਿਆ ਉਹੀ ਹੈ ਮੈਂ ਜੇਕਰ ਮੈਂ ਗਲਤ ਨਹੀਂ ਤਾਂ ਇੱਕ ਬਹੁਤ ਵੱਡੇ ਸਿਆਸਤਦਾਨ ਨੇ ਕਿਹਾ ਸੀਗਾ ਕਿ ਪਾਵਰ ਕਰਪਟਸ ਯੂ ਐਂਡ ਐਬਸੋਲਿਊਟ ਪਾਵਰ ਕਰਪਟਸ ਯੂ ਐਬਸੋਲਿਊਟਲੀ ਸੱਤਾ ਜਿਸ ਹੱਥ 'ਚ ਵੀ ਆਵੇ ਉਹ ਉਹਦਾ ਉਨਾ ਹੀ ਵਰਤੋਂ ਕਰਨ ਦੀ ਕੋਸ਼ਿਸ਼ ਚ ਰਹਿੰਦੇ ਨੇ ਜਿੰਨੀ ਉਹ ਵੱਧ ਤੋਂ ਵੱਧ ਕਰ ਸਕਦੇ ਨੇ ਇਹ ਵਰਤੋਂ ਜਿਹੜੀ ਆ ਉਹ ਲਗਭਗ ਜੇਕਰ ਅਸੀਂ ਆਪਣੇ ਖਿੱਤੇ ਦੀ ਗੱਲ ਕਰੀਏ ਇਕੱਲੇ ਭਾਰਤ ਦੀ ਨਾ ਗੱਲ ਕਰਾਂ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਏਸ਼ੀਆ ਦੀ ਜੇ ਮੈਂ ਗੱਲ ਕਰਾਂ ਤੇ ਬਹੁਤੀ ਵਾਰ ਉਹ ਜਿਹੜੀ ਵਰਤੋਂ ਆ ਉਹ ਆਪਣੇ ਲਈ ਤੇ ਆਪਣੇਆਂ ਲਈ ਹੀ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਤਬਦੀਲੀ ਆਈ ਤੇ ਇਹੋ ਇਹੋ ਜਿਹੀਆਂ ਗੱਲਾਂ ਦੇਖਣ ਨੂੰ ਮਿਲ ਰਹੀਆਂ ਨੇ ਇਹੋ ਇਹੋ ਜਿਹੇ ਘਟਾਲੇ ਇਹੋ ਇਹੋ ਜਿਹੇ ਝੂਠ ਚਾਹੇ ਉਹ ਇੱਕ ਗੱਲ ਨੂੰ ਲੈ ਕੇ ਹੋਵੇ ਚਾਹੇ ਦੂਜੀ ਗੱਲ ਨੂੰ ਲੈ ਕੇ ਹੋਵੇ ਹਾਲਾਂਕਿ ਮੋਢਲੇ ਦੌਰ ਦੇ ਵਿੱਚ ਉਹ ਸ਼ਿਕਾਇਤਾਂ ਜਾਂ ਦੋਸ਼ ਹੀ ਨੇ ਪਰ ਜਦੋਂ ਉਹ ਸਰਸਰੀ ਨਜ਼ਰ ਨਾਲ ਦੇਖਦੇ ਆਂ ਤੇ ਕੁਝ ਕੁਝ ਸਮਝ ਤੇ ਲੱਗਦਾ ਹੈ ਕਿ ਗੜਬੜ ਤੇ ਜ਼ਰੂਰ ਹੈ ਕੱਲ ਕੁਝ ਦਿਨਾਂ ਦੇ ਵਿੱਚ ਕੁਝ 27 28 ਕੇਸਾਂ ਦੀ ਗੱਲ ਹੁੰਦੀ ਸੀ ਤੇ ਅੱਜ ਬਠਿੰਡੇ ਤੋਂ ਤੁਸੀਂ ਇੱਕ ਹੋਰ ਖਬਰ ਲੈ ਕੇ ਆਏ ਹੋ ਕਿ ਕਿਵੇਂ ਪੰਚਾਇਤੀ ਜ਼ਮੀਨਾਂ ਦਾ ਜਿਹੜਾ ਨੁਕਸਾਨ ਉਹ ਹੁਣ ਤੱਕ ਕੀਤਾ ਗਿਆ ਕਿਹੋ-ਕਿਹੋ ਜੀਆਂ ਘਟਨਾਵਾਂ ਨੇ ਹਾਲਾਂਕਿ ਅਸੀਂ ਕੋਈ ਬਹੁਤ ਵੱਡੇ ਐਨਾਲਿਸਟ ਨਹੀਂ ਆ ਪਰ ਜੇਕਰ ਇਸ ਸਰਕਾਰ ਦੇ ਤਿੰਨ ਮਹੀਨਿਆਂ ਦੀ ਗੱਲ ਕਰੀਏ ਤੇ ਸਭ ਤੋਂ ਮੁੱਖ ਰੂਪ ਦੇ ਵਿੱਚ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਛਡਾਉਣ ਵਾਲੀ ਘਟਨਾ ਹੀ ਜਿਹੜੀ ਆ ਉਹ ਉੱਪਰ ਕੇ ਸਾਹਮਣੇ ਆਉਂਦੀ ਆ ਹੋਰ ਵੀ ਬਹੁਤ ਸਾਰੇ ਕੰਮ ਹੋਣਗੇ ਪਰ ਇਹ ਸਭ ਤੋਂ ਵੱਡੀ ਗੱਲ ਹੈ ਹੁਣ ਜਿਹੜੀ ਤੁਸੀਂ ਅੱਜ ਦੀ ਖਬਰ ਦੇ ਬਠਿੰਡੇ ਦੀ ਜੀ ਉਹਦੇ ਤੇ ਆਪ ਹੀ ਦੱਸਣਾ ਸ਼ੁਰੂ ਕਰੋ ਦੇਖੋ ਐਂ ਲੱਗਦਾ ਕਿ ਜੇ 8-10 ਕਰੋੜ ਦਾ ਕੋਈ ਕਪਲਾ ਹੋਵੇ ਤੇ ਉਹ ਪੰਜਾਬ ਦੇ ਵਿੱਚ ਇਹ ਗਿਣਿਆ ਜਾਂਦਾ ਵੀ ਇਹ ਕੋਈ ਕਪਲਾ ਥੋੜੀ ਆ ਛੋਟਾ ਲੱਗਦਾ ਹੈ ਉਹ ਹਾਂ ਉਹਨੂੰ ਕਪਲਾ ਹੀ ਨਹੀਂ ਗਿਣਿਆ ਜਾਂਦਾ ਉਹ ਖਬਰ ਵੀ ਨਹੀਂ ਹੈਗੀ ਕਿਤੇ ਜੀ ਦੇਖੋ ਭਾਰਤ ਪੁਸ਼ਨ ਆਸ਼ੂ ਭੱਜਿਆ ਫਿਰਦਾ ਹਾਈ ਕੋਰਟ 'ਚ ਉਹਨੂੰ ਖੈਰ ਨਹੀਂ ਪਈ ਜੀ 2000 ਕਰੋੜ ਰੁਪਏ ਦਾ ਉਹ ਟੈਂਡਰ ਘਟਾਲਾ ਜੀ ਇੱਕ ਘਟਾਲਾ ਹੋਇਆ ਸੀਗਾ ਅਕਾਲੀ ਭਾਜਪਾ ਰਾਜ ਦੇ ਵੇਲੇ ਇਰੀਗੇਸ਼ਨ ਘਟਾਲਾ ਸਿੰਚਾਈ ਘਟਾਲਾ ਜੀ ਔਰ ਸਿੰਚਾਈ ਘਟਾਲਾ 2000 ਕਰੋੜ ਰੁਪਏ ਦਾ ਦੱਸਦੇ ਉਦੋਂ ਦਾ ਜੀ ਅੱਜ ਤਾਂ ਤੁਸੀਂ ਲਾ ਲੋ ਜੇ ਅੱਜ ਦੇ ਹਿਸਾਬ ਦੇ ਨਾਲ ਉਹਨੂੰ ਲਾਉਣਾ ਹੋਵੇ ਤੇ ਉਹ ਲਗਭਗ 3000 ਕਰੋੜ ਜਾਂ ਉਸ ਤੋਂ ਜ਼ਿਆਦਾ ਦਾ ਘਟਾਲਾ ਜੀ ਉਹ ਔਰ ਜਿੰਨੇ ਘਟਾਲੇ ਹੋਏ ਨੇ ਮੈਂ ਤਾਂ ਸਵੇਰੇ ਵੀ ਲਿਖਿਆ ਸੀਗਾ ਕਿ ਪੰਜਾਬ ਦੇ ਹਾਲਾਤ ਤਾਂ ਸਾਇੰਸ ਰੂਮ ਦੇ ਵਿੱਚ ਉਹ ਟੰਗੇ ਹੋਏ ਸਕਲਟਨ ਵਾਲੇ ਹੈ ਬਿਲਕੁਲ ਜਿਹਨੂੰ ਆਪਾਂ ਹੱਥ ਤਾਂ ਨਹੀਂ ਸੀ ਲਾਉਣ ਦਿੰਦੇ ਵੈਸੇ ਉਹ ਸ਼ੋਪ ਆਪੀਸ ਹੁੰਦਾ ਸੀਗਾ ਪਰ ਉਹਨੂੰ ਜੇ ਤੁਸੀਂ ਛੇੜਦੇ ਸੀ ਉੱਪਰੋਂ ਕਈ ਵਾਰੀ ਹੱਥ ਲੱਗ ਮਾਸਟਰਾਂ ਤੋਂ ਡਰਦੇ ਡਰਦੇ ਉਹਲੇ ਲਾ ਲੈਣਾ ਤੇ ਉਹ ਥੱਲੋਂ ਤੱਕ ਫਿਰ ਹਿਲਦਾ ਸੀ ਨਾ ਇਦਾਂ ਜੀ ਬਿਲਕੁਲ ਬਿਲਕੁਲ ਇਹ ਪੰਜਾਬ ਦੇ ਹਾਲਾਤ ਹੋ ਨੇ ਮਤਲਬ ਕਿ ਹੱਡੀਆਂ ਛੱਡੀਆਂ ਨੇ ਬਾਕੀ ਸਭ ਕੁਝ ਚਰੂੰਡ ਲਿਆ ਗਿਆ ਜੀ ਚਮਕੌਰ ਸਾਹਿਬ ਹਲਕੇ ਦੇ ਵਿੱਚ ਜਿੱਥੋਂ ਮਾਈਨਿੰਗ ਹੁੰਦੀ ਸੀਗੀ ਜੀ ਉਥੋਂ ਇਹ ਕਿਆ ਜਾ ਰਿਹਾ ਹੈ ਕਿ ਮਿੱਟੀ ਤਾਂ ਜਿਹੜੀ ਜਾਂ ਰੇਤਾ ਆਲੇ ਦੁਆਲੇ ਤੋਂ ਤਾਂ ਚੁੱਕੀ ਬਿਲਕੁਲ ਦਰیا ਦੇ ਅੰਦਰੋਂ ਮਸ਼ੀਨਾਂ ਲਾ ਕੇ 30 30 35 35 ਫੁੱਟ ਦਰਿਆ ਚੋਂ ਉਹ ਰੇਤਾ ਕੱਢ ਲਈ ਜੀ ਮੈਂ ਤਾਂ ਇਹ ਸੋਚ ਰਿਹਾ ਜਿਵੇਂ ਮੌਨਸੂਨ ਆ ਰਿਹਾ ਹੈ ਕਿਹਾ ਜਾ ਰਿਹਾ ਕਿ ਮੌਨਸੂਨ ਸਟਰੋਂਗ ਆ ਲਗਭਗ ਇਸ ਵਾਰੀ ਜਿਆਦਾ ਮੀਂਹ ਪੈਂਦੇ ਆ ਹੜ੍ਹਾਂ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਪਤਾ ਨਹੀਂ ਇਸ ਵਾਰੀ ਜਿਹੜਾ ਉਹ ਕਿੰਨਾ ਨੁਕਸਾਨ ਹੋਣਾ ਪਤਾ ਹੀ ਨਹੀਂ ਕਿੰਨਾ ਨੁਕਸਾਨ ਹੋਣਾ ਇਹ ਨਹੀਂ ਪਤਾ ਕਿ ਕਿਹੜੇ ਪੁਲ ਜਿਹੜੇ ਆ ਉਹ ਰੁੜ ਜਾਣੇ ਆ ਕਿਹੜੇ ਟ੍ਰੇਨ ਵਾਲੇ ਜਿਹੜੇ ਪੁਲਾ ਉਹ ਰੁੜ ਜਾਣੇ ਆ ਜਿੰਨਾ ਰੇਤ ਮਾਫੀਆ ਕੱਢ ਕੱਢ ਕੇ ਪਿਛਲੇ ਸਾਲਾਂ ਦੇ ਦੌਰਾਨ ਲੁੱਟ ਕੇ ਲੈ ਗਿਆ ਸਾਰਾ ਕੁਝ ਮਤਲਬ ਕਿ ਮਿੱਟੀ ਵੀ ਨਹੀਂ ਜਿਹੜੀ ਉਹ ਛੱਡੀ ਦਰਿਆ ਵੀ ਖਾ ਗਏ ਏਡੇ ਏਡੇ ਇਹਨਾਂ ਦੇ ਢਿੱਡ ਨੇ ਜੇ ਤੁਸੀਂ ਕਿਤੇ ਜਿਹੜੀਆਂ ਨਸ਼ਾ ਚੜਾਉਣ ਵਾਲੀਆਂ ਗੋਲੀਆਂ ਨੇ ਉਹਦਾ ਨਾਲ ਉਹਦਾ ਕਪਲਾ ਜਿਹੜਾ ਉਹ ਪਿਆ ਕਿਤੇ ਬਲਬੀਰ ਸਿੰਘ ਸਿੱਧੂ ਤੇ ਉਹਦਾ ਭਰਾ ਇੱਕ ਐਨਜੀਓ ਰਜਿਸਟਰਡ ਕਰਾਉਂਦੇ ਆ ਜੀ ਇੱਕ ਜ਼ਮੀਨ ਲੈ ਜਾਂਦੇ ਆ ਕਹਿੰਦੇ ਗਊਸ਼ਾਲਾ ਵਾਸਤੇ ਜ਼ਮੀਨ ਲਈਏ ਦਾਸ ਕਿਲੇ ਪ੍ਰਾਈਮ ਲੈਂਡ ਮੈਂ ਕਹਿੰਦਾ ਸੁਪਰ ਪ੍ਰਾਈਮ ਲੈਂਡ ਔਰ ਉਹਦੀ ਅਰਜੀ ਕੀ ਪਾਈ ਹੋਈ ਆ ਜਿਹੜੀ ਲੈਂਡ ਚੇਂਜ ਦੀ ਕਿ ਅਸੀਂ ਇੱਥੇ ਗਊਸ਼ਾਲਾ ਚਲਾਉਣੀ ਆ ਦੋ ਕਿੱਲਿਆਂ ਚ ਗਊਸ਼ਾਲਾ ਚਲਾਵਾਂਗੇ ਅੱਠ ਕਿੱਲਿਆਂ ਕਿੱਲਿਆਂ ਦੇ ਵਿੱਚ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਮਾਲ ਬਣਾਉਣ ਦੀ ਤਾਂ ਕਿ ਉਹ ਸモール ਦੀ ਕਮਾਈ ਦੇ ਨਾਲ ਫਿਰ ਅਸੀਂ ਗਊਸ਼ਾਲਾ ਚਲਾਈ ਬਿਲਕੁਲ ਹੈ ਨਾ ਹੈਰਾਨਗੀ ਵਾਲੀ ਗੱਲ ਜੀ ਬਿਲਕੁਲ ਜੀ ਸ਼ਾਇਦ ਇਹ 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 ਸਿਆਸਤਦਾਨ ਹੀ ਇਹ ਕਰ ਸਕਦੇ ਆ ਸਿਆਸਤ ਇੱਕ ਧੰਦਾ ਬਣਾ ਕੇ ਇਹਨਾਂ ਲੋਕਾਂ ਨੇ ਲੁੱਟ ਕੇ ਖਾ ਗਏ ਪੰਜਾਬ ਨੂੰ ਜੀ ਅਕਸਰ ਗੱਲ ਚੱਲਦੀ 3 ਲੱਖ ਕਰੋੜ ਦਾ ਕਰਜ਼ਾ ਕਿੱਥੋਂ ਜੜ ਗਿਆ ਜੀ ਆ ਤੁਹਾਡੇ ਸਾਹਮਣੇ ਆ ਜੀ ਲੁੱਟ ਲੁੱਟ ਕੇ ਜ਼ਮੀਨਾਂ ਇਹ ਲੈ ਗਏ 60 ਹਜ਼ਾਰ ਏਕੜ ਦੋ ਜਿਹੜੇ ਬਲਾਕ ਨੇ ਚੰਡੀਗੜ੍ਹ ਮਹਾਲੀ ਦੇ ਨੇੜੇ ਪੈਂਦੇ ਉਹਨਾਂ ਦੇ ਵਿੱਚ ਉਹਨਾਂ ਦੇ ਉੱਤੇ ਇਹ ਰਸੂਖਦਾਨ ਲੋਕ ਕਬਜ਼ੇ ਕਰੀ ਬੈਠੇ ਆ ਇਹਦੇ ਵਿੱਚ ਸਾਬਕਾ ਮੁੱਖ ਮੰਤਰੀ ਵੀ ਸ਼ਾਮਲ ਨੇ ਇਹਦੇ ਵਿੱਚ ਸਾਬਕਾ ਮੰਤਰੀ ਸ਼ਾਮਲ ਨੇ ਇਰੇ ਚ ਸਾਬਕਾ ਡੀਜੀਪੀ ਸ਼ਾਮਲ ਹੈ ਇਰੇ ਚ ਸਾਬਕਾ ਪੁਲਿਸ ਵਾਲੇ ਸ਼ਾਮਲ ਨੇ ਇਰੇ ਚ ਸਾਡਾ ਪੱਤਰਕਾਰ ਭਾਈ ਚਾਰਾ ਵੀ ਸ਼ਾਮਲ ਦੱਸਿਆ ਜਾਂਦਾ ਦਰਜਨ ਤੋਂ ਉੱਪਰ ਪੱਤਰਕਾਰ ਨੇ ਜੀ ਜਿਨ੍ਹਾਂ ਨੇ ਬਹੁਤ ਵੱਡੀਆਂ-ਵੱਡੀਆਂ ਕੋਠੀਆਂ ਉੱਥੇ ਜਿਹੜੀਆਂ ਉਹ ਬਣਾਈਆਂ ਨੇ ਪਹਾੜਾਂ ਦੇ ਪੈਰਾਂ ਦੇ ਵਿੱਚ ਜਿੱਥੇ ਸੱਚੀ ਪੁੱਛੋ ਤੇ ਬਣ ਨਹੀਂ ਜਿਹੜਾ ਹੋ ਸਕਦੀ ਜੀ ਬਣਾਈਆਂ ਹੋਈਆਂ ਨੇ ਉੱਥੇ ਹੁਣ ਇਹ ਬਠਿੰਡੇ ਦੇ ਅੱਧੀ ਦਰਜਨ ਦੇ ਕਰੀਬ ਪਿੰਡ ਨੇ ਜਿਨ੍ਹਾਂ ਦੀ ਜ਼ਮੀਨ 2112 ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਆਈਆਂ ਸੀਗੀਆਂ ਸੱਤ ਦੇ ਵਿੱਚ ਸਰਕਾਰ ਆਉਂਦੀ ਆ ਅਕਾਲੀ ਭਾਜਪਾ 17 ਤੱਕ ਰਹਿੰਦੀ ਆ ਜੀ 12 ਦੀਆਂ ਚੋਣਾਂ ਤੋਂ ਪਹਿਲਾਂ ਸ਼ਾਇਦ ਉਹਨਾਂ ਨੂੰ ਇਹ ਯਕੀਨ ਨਹੀਂ ਸੀਗਾ ਕਿ ਅਸੀਂ ਦੁਬਾਰਾ ਸੱਤਾ ਦੇ ਵਿੱਚ ਆਵਾਂਗੇ ਜੀ ਮੈਂ ਉਹ ਬੜੀਆਂ ਕਲੋਜ਼ਲੀ ਵਾਚ ਕੀਤੀਆਂ ਨੇ ਸਾਰੀਆਂ ਗੱਡੀਆਂ ਉਹ ਚੋਣਾਂ ਔਰ ਇਹ ਇੱਥੇ ਪਟਿਆਲੇ ਦੇ ਵਿੱਚ ਤਾਂ ਇਹ ਸੀਗਾ ਕਿ ਜਿਹੜੇ ਮੀਡੀਆ ਐਡਵਾਈਜ਼ਰ ਸੀ ਕੈਪਟਨ ਅਮਰਿੰਦਰ ਸਿੰਘ ਦੇ ਉਹਨੇ ਇੱਕ ਮਰਸੀਡੀਜ਼ ਗੱਡੀ ਜਿਹੜੀ ਸੀ ਉਹ ਉੱਪਰੋਂ ਉੱਕਟਵਾਈ ਸੀਗੀ ਕਿ ਉਹਦੇ ਵਿੱਚੋਂ ਕੁਰਸੀ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਨਿਕਲਣੀ ਆ ਵੀ ਮੁੱਖ ਮੰਤਰੀ ਦੀਆਂ ਇੰਨੀਆਂ ਤਿਆਰੀਆਂ ਹੋ ਚੁੱਕੀਆਂ ਸੀ ਜੀ ਮੁੱਖ ਮੰਤਰੀ ਜਿਹੜੇ ਮਾਫ ਕਰਨਾ ਉਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਅਰੂਸਾ ਆਲਮ ਆ ਗਈ ਤੇ ਉਹ ਭੜਨ ਚੜ ਗਏ ਜੀ ਤੇ ਅਕਾਲੀ ਭਾਜਪਾ ਵਾਲਿਆਂ ਨੇ ਜਿਹੜਾ ਸੀ ਉਹ ਮੈਨੇਜ ਕਰ ਲਿਆ ਜਿਹਨੂੰ ਚੋਣ ਮੈਨੇਜ ਕਹਿਣ ਲੱਗੇ ਸੀ ਬਾਦ ਸੁਖਬੀਰ ਸਿੰਘ ਬਾਦਲ ਨੇ ਰਿਜ਼ਰਵ ਸੀਟਾਂ ਮੈਨੇਜ ਕਰ ਲੀਆਂ ਜੀ 12 ਦੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ ਅੱਧੀ ਦਰਜਣ ਪਿੰਡਾਂ ਦੀ ਜਿਹੜੀ ਜ਼ਮੀਨ ਆ ਉਹ ਹੜੱਪਲੀ ਜੀ ਭਾਪਕੇ ਉਹ ਪ੍ਰਾਈਵੇਟ ਲੋਕਾਂ ਦੇ ਨਾਂ ਦਿੱਤੇ ਚੜਾਤੀ ਪੰਚਾਇਤੀ ਇਹ ਰਕਬਾ ਹੈ 3701 ਏਕੜ ਪੰਚਾਇਤੀ ਜ਼ਮੀਨ ਇਹ ਹੈਗੀ ਹੈ ਜੀ ਪ੍ਰਾਈਵੇਟ ਲੋਕਾਂ ਦੇ ਨਾਂ ਕੀਤੀ ਗਈ ਆ ਜੀਦੇ ਪਿੰਡ ਦੀ 155 ਏਕੜ ਖੇਮੂਆਣੇ ਦੀ 119 ਏਕੜ ਝੰਡਾ ਵਾਲਾ ਦੀ 1475 ਏਕੜ ਗੋਨੇਆਣਾ ਖੁਰਦ ਦੀ 274 ਏਕੜ ਹਰਰਾਏਪੁਰ ਦੀ 923 ਏਕੜ ਵਿਰਕ ਕਲਾਂ ਦੀ 755 ਏਕੜ ਸ਼ਾਮਲ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹਦੀ ਕੀਮਤ ਜਿਹੜੀ ਆ ਉਹ ਲਗਭਗ 800 ਕਰੋੜ ਰੁਪਇਆ ਐਸ ਵੇੜੇ ਜੀ ਇੰਨੀ ਇਸ ਜ਼ਮੀਨ ਦੀ ਜਿਹੜੀ ਉਹ ਕੀਮਤ ਆ ਅੱਛਾ ਗੱਲ ਇੱਥੇ ਛੱਡੀ ਨਹੀਂ ਇਹਨਾਂ ਨੇ ਜੀ 17 ਦੇ ਵਿੱਚ ਜਦੋਂ ਚੋਣਾ ਆਉਣੀਆਂ ਸੀਗੀਆਂ ਵਿਧਾਨ ਸਭਾ ਦੀਆਂ ਉਸ ਤੋਂ ਪਹਿਲਾਂ ਇੱਥੇ ਇਹ ਜਿਹੜਾ ਰਕਬਾ ਸੀਗਾ ਇਹਦੇ ਇਹਦਾ ਫੈਸਲਾ ਕਲੈਕਟਰ ਕੋਲੋਂ ਕਰਵਾ ਲਿਆ ਗਿਆ ਜੀ ਕਲੈਕਟਰ ਨੇ ਫੈਸਲਾ ਉਹਨਾਂ ਪ੍ਰਾਈਵੇਟ ਲੋਕਾਂ ਦੇ ਹੱਕਾਂ ਦੇ ਵਿੱਚ ਕਰ ਦਿੱਤਾ ਜੀ ਔਰ ਜਦੋਂ ਇਹਨਾਂ ਦੇ ਨਾਂ ਦੇ ਉੱਤੇ ਚੜ ਗਈ ਮਤਲਬ ਕਿ ਪੱਕੇ ਪੈਰੀਂ ਪਾਤਾ ਜਦੋਂ ਪੱਕੇ ਪੈਰੀਂ ਜਿਹੜਾ ਜੀ ਉਹ ਪਾ ਦਿੱਤਾ ਤੇ ਪਿੰਡਾਂ ਦੀ ਇਹ ਜ਼ਮੀਨ ਸੀ ਹੈਰਾਨੀ ਵਾਲੀ ਗੱਲ ਇਹ ਆ ਕੋਈ ਬੋਲਿਆ ਨਹੀਂ ਨਾ ਪਿੰਡਾਂ ਵਾਲੇ ਬੋਲੇ ਨਾ ਪੰਚਾਇਤਾਂ ਬੋਲੀਆਂ ਸ਼ਾਇਦ ਹੋ ਸਕਦਾ ਕਿ ਹੁਣ ਸਮਝ ਆਉਣ ਲੱਗੇ ਲੋਕਾਂ ਨੂੰ ਕਿ ਇੱਕ ਸਰਪੰਚੀ ਲੈਣ ਦੇ ਵਾਸਤੇ ਕਰੋੜਾ ਰੁਪਏ ਖਰਚ ਕਿਉਂ ਕੀਤੇ ਜਾਂਦੇ ਆ ਜੀ ਔਰ ਇਹ ਸ਼ਾਇਦ ਇਸ ਕਰਕੇ ਕੀਤੇ ਜਾਂਦੇ ਆ ਵੀ ਬਾਅਦ ਦੇ ਵਿੱਚ ਤਾਂ ਬਣੀ ਜਾਣੇ ਹਨ ਨਾ ਦੇਈ ਤਾਂ ਅਦਰਵਾਇਜ਼ ਆਮ ਬੰਦਾ ਸੋਚਦਾ ਸਰਪੰਚ ਦੀ ਕੀ ਤਨਖਾਹ ਹੋਈ ਸਰਪੰਚ ਕਿੱਥੋਂ ਪੈਸੇ ਬਣਾ ਲੂਗਾ ਪੰਚਾਂ ਸਰਪੰਚਾਂ ਦੇ ਨਾਲ ਮਿਲ ਕੇ ਜੇ ਤੁਸੀਂ ਇੱਥੇ ਜਿਹੜਾ ਰਾਜਪੁਰੇ ਦੇ ਵਿੱਚ ਆਈਟੀ ਪਾਰਕ ਬਣਨਾ ਜੀ ਉਹਦੀ ਜ਼ਮੀਨ ਜਿਹੜੀ ਐਕਵਾਇਰ ਹੋਈ ਆ ਉਹਦੇ ਕਾਗਜ਼ ਪੱਤਰ ਮੇਰੇ ਕੋ ਸਾਰੇ ਜਿਹੜੇ ਉਹ ਹੈਗੇ ਉਹਦੇ ਵਿੱਚ ਏਡਾ ਵੱਡਾ ਕਪਲਾ ਕੀਤਾ ਗਿਆ ਕਿ ਪੈਸੇ ਜਿਹੜੇ ਜ਼ਮੀਨ ਦੇ ਸੀ ਉਹ ਪੰਚਾਇਤਾਂ ਦੇ ਖਾਤਿਆਂ ਚ ਆਉਂਦੇ ਔਰ ਕੰਪਨੀਆਂ ਖੜੀਆਂ ਕਰਕੇ ਸਾਬਕਾ ਐਮਐਲਏ ਹੋ ਗਿਆ ਹੁਣ ਕਾਂਗਰਸ ਦਾ ਉਹ ਉਹ ਕੰਪਨੀਆਂ ਖੜੀਆਂ ਕਰਕੇ ਆਪਣੀਆਂ ਕੰਸਟਰਕਸ਼ਨ ਕੰਪਨੀਆਂ ਬਣਾ ਕੇ ਤੇ ਉਹ ਕਈ ਪ੍ਰੋਜੈਕਟ ਉਹਨੇ ਸ਼ੁਰੂ ਕਰਾਤੇ ਪ੍ਰੋਜੈਕਟ ਕੀ ਸ਼ੁਰੂ ਕਰਾਏ ਸਕੂਲ ਹੈ ਸਕੂਲ ਦੇ ਬਿਲਕੁਲ ਨਾਲ ਮੈਰੇਜ ਪੈਲੇਸ ਜੀ ਅੱਛਾ 23 ਬੱਚੇ ਨੇ ਸਕੂਲ ਦੇ ਨਾ 11 ਬੱਚੇ ਨੇ ਸਕੂਲ ਦੇ ਇੱਕ ਪਿੰਡ ਦੇ 23 ਕਮਰਿਆਂ ਦਾ ਪ੍ਰੋਜੈਕਟ ਸ਼ੁਰੂ ਕਰ ਲਿਆ ਜੀ ਜੀ 11 ਬੱਚਿਆਂ ਲਈ 23 ਕਮਰੇ ਸਿਰਫ ਨੀਆਂ ਭਰੀਆਂ ਜੀ ਜਿੰਨੇ ਪ੍ਰੋਜੈਕਟ ਨੇ ਉਹਦੀਆਂ ਨੀਹਾਂ ਭਰੀਆਂ ਤੇ 100% ਪੇਮੈਂਟ ਲੈ ਲਈ ਜੀ ਮੰਨ ਲਓ ਜਿਵੇਂ 10 ਕਰੋੜ ਰੁਪਈਆ ਇੱਕ ਪ੍ਰੋਜੈਕਟ ਦਾ ਬਣਾਇਆ ਵੀ ਇਹ ਇਹ 10 ਕਰੋੜ ਰੁਪਈਏ ਚ ਅਸੀਂ ਫਲਾਹ ਕੰਪਨੀ ਨੂੰ ਦੇਤਾ ਤੁਸੀਂ ਦੱਸੋ ਕਿਹੜਾ ਪ੍ਰੋਜੈਕਟ ਹੈ ਜਿਹਦੀ ਤੁਸੀਂ ਨੀਹਾਂ ਭਰਨ ਤੇ ਤੱਕ ਸਾਰੀ ਪੇਮੈਂਟ ਕਰ ਦਿੰਦੇ ਹੋ ਕੋਈ ਕਰਦਾ ਜੀ ਸਰਕਾਰੀ ਖਾਤਾ ਕੋਈ ਕਰ ਹੀ ਨਹੀਂ ਸਕਦਾ 5-5 ਫੁੱਟ ਦੇ ਉੱਤੇ ਸਬਮਰਸੀਬਲ ਪੰਪ ਜਿਹੜੇ ਔਲਾਦ ਤੇ ਪੈਸਾ ਇਕੱਠਾ ਕਰਨਾ ਸੀ ਪੈਸਾ ਖਾ ਲਿਆ ਇੱਕ ਇੱਕ ਸਬਮਰਸੀਬਲ ਪੰਪ ਦੇ ਵਿੱਚ ਕਿੰਨਾ ਕਿੰਨਾ ਪੈਸਾ ਖਾਦਾ ਗਿਆ ਕਰੋੜਾਂ ਰੁਪਈਆ ਅੱਛਾ ਫਿਰ ਹੋਰ ਉਹਦੇ ਵਿੱਚ ਜਿਹੜੇ ਪੰਚਾਇਤ ਸੀ ਉਹਨੇ ਐਫ ਡੀ ਕਰਾਤੀ ਮੰਨ ਲਓ 10 ਕਰੋੜ ਦੀ ਐਫ ਡੀ ਕਰਾਤੀ 10 ਕਰੋੜ ਰੁਪਈਆ ਆਇਆ ਉਸ ਐਫ ਡੀ ਦੇ ਉੱਤੇ ਬੈਂਕਾਂ ਨਾਲ ਮਿਲ ਕੇ 9 ਕਰੋੜ ਰੁਪਈਆ ਲੋਨ ਚੁੱਕ ਲਿਆ ਪਿੰਡ ਦੀ ਪੰਚਾਇਤ ਨੂੰ ਦਿਸਦਾ ਹੈ ਕਿ ਐਫ ਡੀ ਖੜੀ ਹੈ ਜੀ ਐਫ ਡੀ ਤਾਂ ਖਾਲੀ ਖੜੀ ਹੈ ਐਫਟੀ ਦੇ ਪਿੱਛੋਂ ਤਾਂ ਪੈਸਾ ਚੁੱਕ ਲਿਆ ਜੀ ਉਹ ਪੈਸਾ ਹੁਣ ਤੁਸੀਂ ਬੈਂਕ ਦਾ ਲਾਉਂਗੇ ਤੇ ਬੈਂਕ ਕਹਿੰਦਾ ਮੇਰਾ ਪੈਸਾ ਦਿਓ ਪਹਿਲਾਂ ਤੁਹਾਡੇ ਪੱਲੇ ਕੀ ਆ ਉਹਦੇ ਕੁਝ ਵੀ ਨਹੀਂ ਇੰਨਾ ਪੈਸਾ ਹੜੱਪ ਲਿਆ ਗਿਆ ਉਥੋਂ ਘੱਟੋ ਘੱਟ ਜੇ ਲਾ ਕੇ ਚੱਲੋ ਉਹ 500 ਤੋਂ 800 ਕਰੋੜ ਰੁਪਇਆ ਜਿਹੜਾ ਪਿੰਡਾਂ ਦਾ ਹੜੱਪ ਲਿਆ ਗਿਆ ਹੁਣ ਪਿੰਡਾਂ ਦੀ ਤਰੱਕੀ ਕਿੱਥੋਂ ਹੋਵੇ ਪਿੰਡਾਂ ਨੂੰ ਜ਼ਮੀਨਾਂ ਕਿਉਂ ਦਿੱਤੀਆਂ ਗਈਆਂ ਸੀ ਪੰਚਾਇਤੀ ਜ਼ਮੀਨਾਂ ਕਿਉਂ ਸੀ ਕਿ ਉਹਦੇ ਤੋਂ ਰੈਵਨਿਊ ਆਊਗਾ ਉਹਦੇ ਨਾਲ ਪਿੰਡਾਂ ਦੀ ਤਰੱਕੀ ਹੋਊਗੀ ਉਹਨਾਂ ਜ਼ਮੀਨਾਂ ਨੂੰ ਹੜੱਪ ਕੇ ਇਹ ਲੋਕ ਪਿੰਡਾਂ ਦੇ ਪੰਚਾਇਤਾਂ ਨਾਲ ਰਲ ਕੇ ਪੰਚ ਨਾਲ ਰਲ ਕੇ ਸਰਪੰਚ ਨਾਲ ਰਲ ਕੇ ਜਿਹੜੀ ਕਰਾਚੋਂ ਵਾਲੀ ਜ਼ਮੀਨ ਸੀਗੀ ਮੈਂ ਉਦੋਂ ਸੰਪਰਕ ਦੇ ਵਿੱਚ ਕਾਫੀ ਰਿਹਾ ਗੁਰਮੇਲ ਦੇ ਨਾਲ ਉਹ ਜਾਣਕਾਰੀ ਸਾਂਝੀ ਕਰਨ ਲਈ ਉਹ ਜਿਵੇਂ ਵਿਜੇਂਦਰ ਸਿੰਘਲਾ ਤੋਂ ਖੋਹ ਕੇ ਲਿਆਇਆ ਸੀ ਜ਼ਮੀਨ ਉਹਦੀ ਪਿੱਛੇ ਤਾਂ ਆਪਣੀ ਜਿਹੜੀ ਜ਼ਰੂਰ ਬਣਦੀ ਆ ਉਹ ਪੜਿਆ ਲਿਖਿਆ ਸਰਪੰਚ ਸੀਗਾ ਉਹਨੇ ਪਹਿਲਾਂ ਕੀ ਕੀਤਾ ਜਿਹੜਾ ਮਤਾ ਪਵਾ ਲਿਆ ਵੀ ਜੇ ਤਾਂ ਸਰਕਾਰੀ ਕਾਲਜ ਖੁੱਲੂਗਾ ਮੈਡੀਕਲ ਫਿਰ ਦੇਵਾਂਗੇ 23 ਕਿੱਲੇ ਜ਼ਮੀਨਾਂ ਜਿਹੜਾ ਇੱਥੇ ਪੀਜੀਆਈ ਬਣਿਆ ਹੋਇਆ ਸੰਗਰੂਰ ਪਟਿਆਲਾ ਰੋਡ ਦੇ ਉੱਤੇ ਘਰਾਚੋਂ ਪੈਂਦਾ ਉੱਥੇ ਉਹਦੇ ਨਾਲ ਲੱਗਵੀਂ ਇਹ ਜ਼ਮੀਨ ਹੈ ਜੀ ਉਹਨੇ ਪਹਿਲਾਂ ਮਤਾ ਪਵਾ ਲਿਆ ਉਹ ਮਤਾ ਉਹਨੂੰ ਬਚਾ ਗਿਆ ਜੀ ਜੀ ਕਿਉਂਕਿ ਹਾਈ ਕੋਰਟ ਚਲੇ ਗਿਆ ਵੀ ਜਦੋਂ ਉਹਦੇ ਪੇਪਰ ਨਿਕਲੇ ਪਤਾ ਲੱਗਿਆ ਤਾਂ ਪ੍ਰਾਈਵੇਟ ਖੋਲ ਰਹੇ ਆ ਪੀਪੀਪੀ ਮੋਡ ਦੇ ਅੰਦਰ ਜੀ ਔਰ ਉਹ ਰਾਤੋਂ ਰਾਤ ਫਿਰ ਜਿਹੜੀ ਸੀ ਉਹ ਤਹਿਸੀਲ ਖੋਲ ਕੇ ਉਹ ਜ਼ਮੀਨ ਨਾ ਕਰਨੀ ਪਈ ਇਹਦਾ ਹਾਲਾਤ ਬਣਾਏ ਹੋਣੇ ਨੰਗ ਕਰ ਦਿੱਤੇ ਪੰਜਾਬ ਦੇ ਪਿੰਡ ਪੰਚਾਇਤ ਔਰ ਪੰਚਾਇਤਾਂ ਜਿੱਥੋਂ ਰੈਵਨਿਊ ਆਉਣਾ ਸੀਗਾ ਉਹ ਸਾਰਾ ਕੁਝ ਜਿਹੜਾ ਦੀ ਉਹ ਖਤਮ ਕਰ ਦਿੱਤਾ ਪਿੰਡਾਂ ਦੀ ਕੀ ਤਸਵੀਰ ਬਣੂਗੀ ਇਹਦੇ ਨਾਲ ਤੁਸੀਂ ਅੰਦਾਜ਼ਾ ਸਹੀ ਦੇ ਲਾ ਸਕਦੇ ਹਨੂ ਸਰ ਸਮਾਂ ਥੋੜਾ ਘਟਿਆ ਪਰ ਦੋ ਤਿੰਨ ਗੱਲਾਂ ਜ਼ਰੂਰ ਨੇ ਇੱਕ ਉਹ ਹਿੰਦੀ ਦਾ ਇੱਕ ਦੋਹਾ ਸੁਣਦੇ ਹੁੰਦੇ ਸੀ ਜਾਂ ਪੜ੍ਹਦੇ ਹੁੰਦੇ ਸੀ ਸਾਈ ਇਤਨਾ ਦਿਜੀਏ ਜਾ ਮੈਂ ਕੁਟਮ ਸਮਾਏ ਮੈਂ ਵੀ ਭੁੱਖਾ ਨਾ ਰਹਾਂ ਸਾਧੂ ਨਾ ਭੁੱਖਾ ਜਾਏ ਇਹ ਦੱਸੋ ਇਹ ਜਿਹੜੇ ਵੱਡੇ ਲੋਕ ਨੇ ਤੁਸੀਂ ਤੇ ਇਹਨਾਂ ਚ ਵਿਚਰਦੇ ਰਹਿੰਦੇ ਆ ਇਹਨਾਂ ਦੀ ਭੁੱਖ ਇੰਨੀ ਵੱਡੀ ਕਿਉਂ ਹੁੰਦੀ ਆ ਤੇ ਇੱਕ ਗੱਲ ਹੋਰ ਇਹ ਇੱਕ ਜਨਰਲ ਗੱਲ ਸੀ ਦੂਸਰੀ ਗੱਲ ਇਹ ਆ ਕਿ ਕੀ ਇਹ ਜਿਹੜੀਆਂ ਜ਼ਮੀਨਾਂ ਜੋ ਕੁਝ ਤੁਸੀਂ ਅੱਜ ਦੱਸਿਆ 6 ਪਿੰਡ ਨੇ ਜਾਂ ਰਾਜਪੁਰਾਈਟੀ پارک ਆ ਜਿਵੇਂ ਇਹਨਾਂ ਨੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਟਰਾਂਸਫਰ ਕਰ ਲਿਆ ਗਦੌਰੀਆਂ ਇੰਤਕਾਲ ਸਾਰਾ ਕੁਝ ਹੋ ਗਿਆ ਕੀ ਇਹ ਵਾਪਸ ਹੋ ਸਕਣਗੀਆਂ ਜੀ ਜਾਂ ਜਾਂ ਫਿਰ ਇਹ ਘੱਟੇ ਰੋਲਦਾ ਰਹੂਗਾ ਸਾਰਾ ਕੁਝ ਨਹੀਂ ਹੋ ਸਕਦੀਆਂ ਨੇ ਵਿਲ ਪਾਵਰ ਚਾਹੀਦੀ ਆ ਜਿਵੇਂ ਜਿਹੜਾ ਸੁੱਖ ਵਿਲਾਸ ਦੇ ਬਾਰੇ ਦੇ ਵਿੱਚ ਮੁੱਖ ਮੰਤਰੀ ਹਰਾਨ ਨੇ ਕਿਹਾ ਸੀਗਾ ਉਹ ਸਹੀ ਹੈ ਕਿ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਜਾਂਦੀ ਹੈ ਤੇ ਇਹ ਲਿਖਿਆ ਜਾਂਦਾ ਜੀ ਇੱਥੇ ਕੰਸਟਰਕਸ਼ਨ ਹੋ ਸਕਦੀ ਹੈ ਫਿਰ ਕੰਸਟਰਕਸ਼ਨ ਕਰ ਲਈ ਜਾਂਦੀ ਹੈ ਜਦੋਂ ਕੰਸਟਰਕਸ਼ਨ ਮੁਕੰਮਲ ਹੋ ਗਈ ਮੰਤਰੀ ਮੰਡਲ ਦੀ ਮੀਟਿੰਗ ਫੇਰ ਸੱਦੀ ਜਾਂਦੀ ਹੈ ਵੀ ਇੱਥੇ ਕੰਸਟਰਕਸ਼ਨ ਨਹੀਂ ਹੋ ਸਕਦੀ ਜੀ ਬਿਲਕੁਲ ਦੋਨੋਂ ਪਾਸੇ ਤੋਂ ਤੁਰਕੁਰੂ ਹੋ ਗਏ ਇੱਕ ਉਹੋ ਜਿਹਾ ਬਣ ਨਹੀਂ ਸਕੂਗਾ ਕੋਈ ਹੋਰ ਜੀ ਇੱਕ ਕਾਨੂੰਨ ਨੂੰ ਅੰਨਾ ਕਰ ਦਿੱਤਾ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਦੂਜੀ ਢਿੱਡ ਤੁਸੀਂ ਕਹ ਕਿੱਡੇ ਵੱਡੇ ਨੇ ਮੇਰੀ ਸਮਝ ਤੋਂ ਪਰੇ ਵਾਲੀ ਗੱਲ ਹੈ ਜੀ ਮੈਂ ਨਹੀਂ ਇਹਨਾਂ ਦਾ ਭੇਦ ਨਹੀਂ ਪਾ ਸਕਿਆ ਮੈਂ ਤਾਂ ਇੱਕ ਵਾਰੀ ਦੇਖਿਆ ਸਾਡੇ ਉੱਥੇ ਡੰਮ ਹੁੰਦਾ ਸੀਗਾ ਜਿੱਥੇ ਮੱਜਨ ਨੂੰ ਆਉਣ ਲੈ ਕੇ ਜਾਂਦੇ ਸੀ ਤੇ ਉਹਦੇ ਬਾਰੇ ਇਹ ਫੇਮਸ ਸੀਗਾ ਕਿ ਇਹ ਡੰਮ ਦਾ ਪੜ ਪਾਟਾ ਆ ਸਾਡੇ ਏਰੀਆ 'ਚ ਪੜ ਪਾਟਾ ਕਹਿੰਦੇ ਆ ਜੀ ਬਿਲਕੁਲ ਜੀ ਜਿਹੜਾ ਥੱਲੇ ਵਾਲੇ ਪੱਤਣ ਪਾਣੀ ਦੇ ਨਾਲ ਰੜਿਆ ਵੀ ਕੋਈ ਹੈ ਹੀ ਨਹੀਂ ਉਹਦਾ ਥੱਲਾ ਨਹੀਂ ਹੈਗਾ ਸੀ ਇਹਨਾਂ ਲੋਕਾਂ ਦੇ ਪੜ ਪਾਟੇ ਹੋਏ ਆ ਜੀ ਕੋਈ ਲਿਮਟ ਹੀ ਨਹੀਂ ਇਹਨਾਂ ਦੀ ਵੀ ਕਿੰਨਾ ਖਾਣਾ ਕਿੱਥੋਂ ਤੱਕ ਖਾਣਾ ਔਰ ਕਿੰਨੀਆਂ ਪੀੜ੍ਹੀਆਂ ਤੱਕ ਜਿਹੜਾ ਜੀ ਉਹ ਪੈਸਾ ਇਕੱਠਾ ਕਰਨਾ ਕੋਈ ਲਿਮਟ ਨਹੀਂ ਇੰਨਾ